ਤਕੋ ਏਦਾਂ ਕਿ ਜਿਹੜੀ ਹਰਕਤ ਇਹਨਾਂ ਨੇ ਐਸੀ ਉਹ ਜੀ ਹਰਕਤ ਕੀਤੀ ਆ ਇਹ ਕੋਈ ਪਹਿਲੀ ਹਰਕਤ ਨਹੀਂ ਹੈ ਅਸੀਂ 2018 ਦੇ ਵਿੱਚ ਵੀ ਅਸੀਂ ਪ੍ਰੋਟੈਸਟ ਕੀਤਾ ਸੀਗਾ ਇਸ ਦੇ ਬਾਰੇ ਔਰ ਚਰਨਜੀਤ ਚੰਨੀ ਦੇ ਲਈ ਜਦੋਂ ਮੈਂ ਵਿਮਨ ਵਿਮਨ ਵਿੰਗ ਦੀ ਪਹਿਲਾ ਪ੍ਰੈਜ਼ੀਡੈਂਟ ਹੁੰਦੀ ਸੀਗੀ ਉਦੋਂ ਵੀ ਅਸੀਂ ਪ੍ਰੋਟੈਸਟ ਕੀਤਾ ਤੁਸੀਂ ਦੇਖ ਸਕਦੇ ਹੋ ਉਹਦੇ ਚ ਇਹ ਦਿਖਾਈ 2018 ਦੀ ਤਸਵੀਰ ਹੈ ਜਿਹਦੇ ਕਰਕੇ ਤੁਸੀਂ ਪ੍ਰੋਟੈਸਟ ਕੀਤਾ ਸੀ ਪ੍ਰੋਟੈਸਟ ਕੀਤਾ ਸੀ ਬਹੁਤ ਵੱਡਾ ਪ੍ਰੋਟੈਸਟ ਹੋਇਆ ਸੀਗਾ ਇਹਨਾਂ ਨੇ ਇੱਕ ਲੜਕੀ ਦੇ ਕਮਰ ਦੇ ਪਿੱਛੇ ਹੱਥ ਲਗਾ ਕੇ ਉਂਗਲੀ ਦੇ ਨਾਲ ਕੁਝ ਐਦਾਂ ਕੁਝ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਉਦੋਂ ਵੀ ਅਸੀਂ ਇਹ ਕਿਹਾ ਸੀਗਾ ਕਿ ਇਹ ਜਿਹੜਾ ਸ਼ੋਭਾ ਨਹੀਂ ਦ ਇੱਕ ਮੰਤਰੀ ਨੂੰ ਯਾ ਉਹ ਜੇ ਕਾਂਗਰਸ ਦੇ ਟਾਈਮ ਦੇ ਉਹ ਹੁੰਦੇ ਸੀ ਅਸੀਂ ਉਹਨਾਂ ਤੋਂ ਇਹ ਅਮਰਿੰਦਰ ਤੋਂ ਵੀ ਅਸੀਂ ਮੰਗਿਆ ਸੀਗਾ ਕਿ ਇਹਦਾ ਤੁਸੀਂ ਸਾਨੂੰ ਜਵਾਬ ਦਿੱਤਾ ਜਾਏ ਇਸ ਚੀਜ਼ ਦਾ ਔਰ ਬਹੁਤ ਵੱਡਾ ਪ੍ਰੋਟੈਸਟ ਹੋਇਆ ਸੀ ਇਹ ਹਰਕਤ ਨੂੰ ਦੇਖਦੇ ਹੋਏ ਹੁਣ ਅਸੀਂ ਇੱਕ ਵੀਡੀਓ ਦੇਖੀਏ ਜਿਹੜੀ ਕਿ ਬੀਬੀ ਜਗੀਰ ਕੌਰ ਜੀ ਦੇ ਨਾਲ ਉਹਨਾਂ ਨੂੰ ਹੱਥ ਲਾ ਕੇ ਜਿੱਥੇ ਤੱਕ ਤੇ ਕੋਈ ਸਵਾਲ ਹੈ ਕਿ ਉਹਨਾਂ ਨੇ ਹੱਥ ਲਾ ਕੇ ਸਸਤੀ ਗੱਲ ਕੀਤੀ ਜਾਂ ਕੁਝ ਕੀਤਾ ਉਹ ਮੰਨਿਆ ਜਾ ਸਕਦਾ ਪਰ ਇਸ ਤਰੀਕੇ ਨਾਲ ਪਬਲਿਕਲੀ ਉਹਨਾਂ ਨੂੰ ਹੱਥ ਲਾਣਾ ਤੇ ਉਹਨਾਂ ਦਾ ਉਹਨਾਂ ਦਾ ਹੱਥ ਨੂੰ ਪਰੇ ਕਰਨਾ ਇਹ ਜਿਹੜਾ ਇਹ ਬਿਲਕੁਲ ਸ਼ੋਭਾ ਨਹੀਂ ਦਿੰਦਾ ਇੱਕ ਮੰਤਰੀ ਨੂੰ ਇਸ ਤਰੀਕੇ ਦੇ ਨਾਲ ਕਰਨਾ ਪਬਲਿਕਲੀ ਤੁਸੀਂ ਇੱਕ ਲੇਡੀ ਨੂੰ ਇਸ ਤਰੀਕੇ ਦੇ ਨਾਲ ਹੱਥ ਲਾ ਰਹੇ ਹੋ ਤੇ ਬਾਅਦ ਚੋਂ ਤੁਸੀਂ ਸਫਾਈਆਂ ਪੇਸ਼ ਕਰ ਰਹੇ ਕਿ ਨਹੀਂ ਉਹ ਤਾਂ ਮੇਰੀ ਭੈਣ ਵਰਗੀ ਲੱਗਦੀ ਹੈ ਉਹ ਤੇ ਮੇਰੀ ਮਾਂ ਵਰਗੀ ਲੱਗਦੀ ਹੈ ਉਹ ਜਿਹੜਾ ਉਹਦਾ ਸਪਸ਼ਟੀਕਰਨ ਵੀ ਜਿਹੜਾ ਹੈ ਉਹ ਸਾਹਮਣੇ ਆਇਆ ਕਿ ਉਹ ਮੇਰੀ ਮਾਂ ਵਰਗੀ ਨਹੀਂ ਮੇਰੇ ਵੱਡੇ ਭੈਣ ਵਰਗੀ ਹੈ ਇਹ ਤੇ ਬਾਅਦ ਚ ਕੁਝ ਵੀ ਕਹਿੰਦੇ ਰੋ ਜਦੋਂ ਅਸੀਂ ਪਹਿਲਾਂ ਪ੍ਰੋਟੈਸਟ ਕੀਤਾ ਸੀਗਾ ਉਦੋਂ ਵੀ ਇਹਨਾਂ ਨੇ ਇਹੀ ਗੱਲ ਕਹੀ ਜੇ ਅਸੀਂ ਕਹਾਂ ਜੀ ਤੁਸੀਂ ਇਸ ਕੁੜੀ ਨੂੰ ਕਿਉਂ ਇਸ ਤਰੀਕੇ ਨਾਲ ਹੱਥ ਲਾਇਆ ਕਹਿੰਦੇ ਕੋਈ ਨਾ ਜੀ ਮੇ ਤਾਂ ਉਂਗਲੀ ਵੈਸੇ ਹੀ ਟੇਢੀ ਹੈਗੀ ਆ ਜਾਂ ਮੇਰੀ ਉਂਗਲੀ ਉਸ ਟਾਈਮ ਤੇ ਠੀਕ ਨਹੀਂ ਸੀਗੀ ਇਹ ਇਹੋ ਜਿਹੀ ਕੋਈ ਹਰਕਤਾਂ ਹੁੰਦੀਆਂ ਨੇ ਕਿ ਪਹਿਲਾਂ ਤੁਸੀਂ ਹਰਕਤ ਕਰ ਦੋ ਤੇ ਬਾਅਦ ਚ ਤੁਸੀਂ ਉਹਦਾ ਸਪਸ਼ਟਿਕਰਨ ਕਰਦੇ ਫਿਰ ਅਸੀਂ ਇਸ ਕਰਕੇ ਸੋਮੋਟੋ ਲਿਆ ਆ ਕਿ ਇੱਕ ਔਰਤ ਨੂੰ ਇਸ ਤਰੀਕੇ ਦੇ ਨਾਲ ਹਰਕਤ ਕਰਨਾ ਉਹਨੂੰ ਪਬਲਿਕਲੀ ਇਸ ਤਰ੍ਹਾਂ ਟੱਚ ਕਰਨਾ ਉਸ ਔਰਤ ਨੂੰ ਵੀ ਚੰਗਾ ਨਹੀਂ ਲੱਗਿਆ ਉਹਨੇ ਵੀ ਉਹਨਾਂ ਦਾ ਹੱਥ ਪਰੇ ਕੀਤਾ ਆ ਠੀਕ ਹੈ ਜੇ ਤੇ ਤੁਸੀਂ ਇਸ ਤਰੀਕੇ ਨਾਲ ਕਹਿੰਦੇ ਤੇ ਮਾਂ ਕਹਿੰਨੇ ਹੋ ਭੈਣ ਕਹਿੰਨੇ ਉਹ ਤੁਹਾਨੂੰ ਆਸ਼ੀਰਵਾਦ ਦਿੰਦੀ ਉਹ ਤੁਹਾਡੇ ਸਿਰ ਦੇ ਉੱਤੇ ਹੱਥ ਰੱਖਦੀ ਉਹਨੇ ਤੁਹਾਡਾ ਹੱਥ ਕੋ ਚਲਾ ਕੇ ਮਾਰਿਆ ਇਸ ਕਰਕੇ ਅਸੀਂ ਸੋਮੋਟੋ ਇਸ ਕਰਕੇ ਲਿਆ ਆ ਕਿ ਇਸ ਔਰਤ ਨੂੰ ਜਿਸ ਤਰੀਕੇ ਨਾਲ ਤੁਸੀਂ ਪਬਲੀਕਲੀ ਟੱਚ ਕੀਤਾ ਹੈ ਇਹ ਤੁਹਾਨੂੰ ਸ਼ੋਭਾ ਨੇ ਤੁਸੀਂ ਇੱਕ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਹੋ ਇਕ ਅਡੇ ਵੱਡੇ ਅਹੁਦੇ ਹਤੇ ਹੋਣ ਦੇ ਬਾਅਦ ਵੀ ਇੱਕ ਮੰਤਰੀ ਹੋਣ ਦੇ ਬਾਅਦ ਵੀ ਤੁਹਾਡੀਆਂ ਹਰਕਤਾਂ ਜਿਹੜੀਆਂ ਬਾਜ਼ਨੀ ਆਈਆਂ ਹਲੇ ਵੀ 2018 ਔਨਵਰਡ ਚਲਦੀਆਂ ਜਾ ਰਹੀਆਂ ਨੇ ਤੇ ਮੈਮ ਕੋਈ ਬੀਬੀ ਜਾਗੀਰ ਕੌਰ ਵੱਲੋਂ ਵੀ ਕੋਈ ਸ਼ਿਕਾਇਤ ਦਿੱਤੀ ਗਈ ਹੈ ਕਮਿਸ਼ਨ ਮਹਿਲਾ ਕਮਿਸ਼ਨ ਨਹੀਂ ਮੈਨੂੰ ਉਹਨਾਂ ਦੇ ਤਰਫੋਂ ਕੋਈ ਸ਼ਿਕਾਇਤ ਨਹੀਂ ਆਈ ਹੈ ਔਰ ਨਾ ਹੀ ਮੈਨੂੰ ਉਸ ਚੀਜ਼ ਦੀ ਲੋੜ ਹੈ ਇਸ ਚੀਜ਼ ਦੇ ਉੱਤੇ ਮੈਂ ਐਜ਼ ਅ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਹੋਣ ਦੇ ਖਾਤਰ ਇੱਕ ਜ਼ਿੰਮੇਵਾਰੀ ਕੁਰਸੀ ਉੱਤੇ ਬੈਠਣ ਕਰਕੇ ਇੱਕ ਮਹਿਲਾ ਦੀ ਇੱਜ਼ਤ ਦੇ ਅਸੀਂ ਰਾਖੀ ਕਰਦੇ ਹਾਂ ਠੀਕ ਹੈ ਅਸੀਂ ਉਸ ਦੇ ਉੱਤੇ ਸੂਮੋਟਰ ਲਿਆ ਮੈਨੂੰ ਬੀਬੀ ਜਗੀਰ ਕੌਰ ਦਾ ਕੁਝ ਨਹੀਂ ਆਇਆ ਆਪਣੀ ਸੂਮੋਟਰ 'ਚ ਤੁਸੀਂ ਕਿਸ ਤਰ੍ਹਾਂ ਦੀ ਚੀਜ਼ਾਂ ਲਿਖੀਆਂ ਕਿਉਂਕਿ ਜਿਹੜਾ ਤੁਸੀਂ ਈਮੇਲ ਰਾਹੀ ਸਟੇਟਸ ਰਿਪੋਰਟ ਜਿਹੜੀ ਮੰਗੀ ਗਈ ਹੈ ਡੀਜੀਪੀ ਵੱਲੋਂ ਕਿਸ ਤਰ੍ਹਾਂ ਦੀ ਕਾਰਵਾਈ ਦੀ ਤੁਸੀਂ ਮੰਗ ਕੀਤੀ ਹੈ ਅਸੀਂ ਇਹ ਦੇ ਇਹ ਦੇਖੋ ਕਾਰਵਾਈ ਦੀ ਮੰਗ ਹੈ ਕਿ ਪਹਿਲਾਂ ਇਸ ਦੀ ਜਿਨਕੁਆਰੀ ਹੋਏਗੀ ਕਿ ਇਹਨਾਂ ਨੇ ਇਹ ਹਰਕਤ ਕੀਤੀ ਹੈ ਔਰ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਸਮਨਸ ਵੀ ਭੇਜਾਂਗੇ ਮੈਮ ਤੁਸੀਂ ਜ ਕਿਹੜਾ ਲਿੰਕ ਹੈ ਜਿਹੜਾ ਤੁਸੀਂ ਅਟੈਚ ਕੀਤਾ ਤੁਸੀਂ ਇਹਦੇ ਵਿੱਚ ਕਿਹਾ ਹੈ ਕਿ ਅਸੀਂ ਜਿਹੜਾ ਅਟੈਚ ਕਰ ਰਹੇ ਹਾਂ ਇੱਕ ਲਿੰਕ ਇਹ ਲਿੰਕ ਇਹੀ ਹੈ ਜਿਹੜਾ ਨਹੀਂ ਨਹੀਂ ਇੱਕ ਇੱਕ ਤੇ ਆਹੀ ਲਿੰਕ ਹੈ ਜਿਹੜਾ ਕਿ ਅੱਜਕੱਲ ਜਿਹੜੀ ਚੱਲ ਰਹੀ ਹੈ ਇਹਨਾਂ ਦੀ ਕਿ ਇਹਨਾਂ ਨੇ ਬੀਬੀ ਜ਼ਗੀਰ ਕੌਰ ਦੇ ਸ਼ਰੀਰ ਨੂੰ ਟੱਚ ਕੀਤਾ ਇੱਕ ਪਹਿਲਾਂ ਕੋਈ ਜਗੀਰਕੌਰ ਬੀਬੀ ਜੀ ਕੀ ਕੋਰ ਜੀ ਨੇ ਇੱਕ ਪਾਈ ਸੀਗੀ ਕੋਈ ਵੀਡੀਓ ਜਿਦੇ ਚ ਵੀ ਉਹਨਾਂ ਨੇ ਵੀ ਕਿਸੇ ਮੰਤਰੀ ਦੇ ਬਾਰੇ ਕਿਹਾ ਸੀਗਾ ਵੀ ਇਹੋ ਜਿਹੀਆਂ ਉਹ ਜਿਹੀਆਂ ਹਰਕਤਾਂ ਨਹੀਂ ਕਰਨੀਆਂ ਚਾਹੀਦੀਆਂ ਮੰਤਰੀ ਜਿਹੜੇ ਨੇ ਇਹ ਇਸ ਤਰੀਕੇ ਦੇ ਨਾਲ ਦੂਜੇ ਮੰਤਰੀਆਂ ਨੂੰ ਵੀ ਉਹਨਾਂ ਦੀ ਸਿਰ ਝੁਕਾਉਂਦੇ ਨੇ ਇਸ ਚੀਜ਼ਾਂ ਦੇ ਉੱਤੇ ਉਹ ਵੀ ਕੋਈ ਵੀਡੀਓ ਹੈਗੀ ਸੀ ਉਹਨਾਂ ਦੀ ਅਸੀਂ ਉਹ ਵੀ ਵੀਡੀਓ ਲਈ ਹੈ ਜਿੱਤੇ ਕਿ ਬੀਬੀ ਜਗੀਰਕੌਰ ਨੂੰ ਵੀ ਇਹ ਇਤਰਾਜ਼ ਹੈ ਉਹ ਕੋਈ ਵੀਡੀਓ ਹੋਏਗੀ ਜਿਸ ਦੇ ਉੱਤੇ ਵੀ ਇਤਰਾਜ ਹੈ ਕਿ ਔਰ ਜਿਹੜੇ ਮੰਤਰੀ ਨੇ ਉਹਨਾਂ ਨੂੰ ਇਹੋ ਜਿਹੀਆਂ ਹਰਕਤਾਂ ਕਰਦੀਆਂ ਸ਼ੋਭਾ ਨਹੀਂ ਦਿੰਦੀਆਂ ਅੱਜ ਅਸੀਂ ਉਹਨੂੰ ਦੋ ਚਾਰ ਦਿਨ ਪਹਿਲਾਂ ਦੇਖੀ ਆ ਵੀਡੀਓ ਦੇਖੀਏ ਇਹ ਦੇਖਦੇ ਹੋਏ ਅਸੀਂ ਆਪਣੇ ਉਹਨਾਂ ਦਾ ਰਿਕਾਰਡ ਦੇਖ ਰਹੇ ਹਿਸਟਰੀ ਦੇਖ ਰਹੇ ਹੁਣਾਂ ਦੀ ਕਿ 2018 ਵਿੱਚ ਵੀ ਇਹਨਾਂ ਦੀ ਇਹ ਹਰਕਤ ਸੀਗੀ ਤੁਸੀਂ ਉਸ ਵੇਲੇ ਪ੍ਰੋਟੈਸਟ ਵੀ ਕੀਤਾ ਸੀਗਾ ਮੋਹਾਲੀ ਉੱਥੇ ਵੀ ਤੁਸੀਂ ਕਾਫੀ ਜਿਹੜੀ ਮਹਿਲਾ ਵਿੰਗ ਵੱਲੋਂ ਤੁਸੀਂ ਮਹਿਲੀ ਵਿੰਗ ਦੇ ਪ੍ਰਧਾਨ ਸੀਗੇ ਉਸ ਵੇਲੇ ਵੀ ਕਾਫੀ ਤੁਸੀਂ ਪ੍ਰੋਟੈਸਟ ਕੀਤਾ ਸੀਗਾ ਤੇ ਇਹਨਾਂ ਦੇ ਖਿਲਾਫ ਕਾਰਵਾਈ ਦੀ ਵੀ ਮੰਗ ਕੀਤੀ ਇਹਨਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਸੀਗੀ ਇਹ ਜਿਹੜਾ ਆਜਾਏ ਮੁੱਖ ਮੰਤਰੀ ਰਾਜੂ ਕੇ ਨੇ ਕਿ ਅਸੀਂ ਕੋਈ ਵੀ ਹਰਕਤ ਕਰਕੇ ਉਹਨੂੰ ਅਸੀਂ ਚੁੱਪ ਕਰ ਲਾਂਗੇ ਉਹਦੇ ਉੱਤੇ ਅਸੀਂ ਕਾਰਵਾਈ ਨਹੀਂ ਕਰਾਵਾਂਗੇ ਅਸੀਂ ਜਵਾਬ ਨਹੀਂ ਦੇਵਾਂਗੇ ਤੁਸੀਂ ਜੋ ਮਰਜ਼ੀ ਕਹਿ ਲਓ ਇਹ ਹਰਕਤ ਨਹੀਂ ਚੱਲੇਗੀ ਜਦੋਂ ਦੇ ਹੁਣ ਅਸੀਂ ਇਹ ਚੀਜ਼ ਦੀ ਮੰਗ ਕਰਦੇ ਹਾਂ ਕਿ ਚਰਨਜੀਤ ਚੰਨੀ ਨੂੰ ਇਹ ਜਵਾਬ ਦੇਣਾ ਪਏਗਾ ਕਿ ਉਹ ਇਸ ਤਰ੍ਹਾਂ ਦੀਆਂ ਹਰਕਤਾਂ ਪਹਿਲਾਂ ਤੋਂ ਹੀ ਕਰਦੇ ਰਹੇ ਨੇ ਤੇ ਹੁਣ ਵੀ ਕਿਉਂ ਕੀਤੀ ਹੈ ਇਹ ਇਲੈਕਸ਼ਨ ਚੱਲ ਰਹੇ ਮੈਂ ਇਲੈਕਸ਼ਨ ਮੋਡ ਹੈ ਇਹ ਕੋਈ ਪੋਲਿਟੀਕਲ ਸਟੰਟ ਤਾਂ ਨਹੀਂ ਕਿਸੇ ਤਰ੍ਹਾਂ ਦਾ ਤੁਹਾਨੂੰ ਲੱਗਦਾ ਜੇ ਪੋਲਿਟিক্যাল ਸਟੰਟ ਇਹ ਤਾਂ ਹੁੰਦਾ ਜੇ ਕਿ ਕੋਈ ਸਾ ਕੋਈ ਸਬੂਤ ਨਹੀਂ ਹੁੰਦਾ ਠੀਕ ਹੈ ਨਾ ਔਰ ਕੋਈ ਉਹਦੇ ਉੱਤੇ ਇੱਕ ਲਾਂਚ ਲਾਉਂਦਾ ਆ ਇਹ ਸਾਰੀ ਦੁਨੀਆ ਦੇਖ ਰਹੀ ਹੈ ਉਹਦੇ ਤੇ ਵੀਡੀਓ ਦੇ ਉੱਤੇ ਉਹਨਾਂ ਨੂੰ ਟਰੋਲ ਹੋ ਰਿਹਾ ਹੈ ਉਹਦੇ ਉੱਤੇ ਇੱਕ ਵੀਡੀਓ ਦੇ ਉੱਤੇ ਕੋਈ ਗਾਣੇ ਬਣਾ ਬਣਾ ਕੇ ਵੀ ਪਾਏ ਗਏ ਕਾਫੀ ਵਾਇਰਲ ਹੋ ਰਹੀ ਹੈ ਵੀ ਕਾਫੀ ਵਾਇਰਲ ਹੋ ਰਹੀ ਹੈ ਤੇ ਸਾਰੀ ਦੁਨੀਆ ਦੇਖ ਰਹੀ ਹੈ ਔਰ ਕਿਸ ਨੂੰ ਵੀ ਚੰਗਾ ਨਹੀਂ ਲੱਗ ਰਿਹਾ ਮੇਰਾ ਖਿਆਲ ਹੈ ਬੀਬੀ ਜਗੀਰ ਕੌਰ ਜੀ ਨੂੰ ਵੀ ਚੰਗਾ ਲੱਗਿਆ ਤਾਂ ਹੀ ਤਾਂ ਉਹਨਾਂ ਨੇ ਹੱਥ ਪਰੇ ਕੀਤਾ ਜੇ ਉਹ ਕਹਿੰਦੇ ਨੇ ਕਿ ਮੇਰੀ ਮਾਂ ਭੈਣ ਵਰਗੀ ਆ ਉਹ ਜ਼ਰੂਰ ਪੈਰ ਨੂੰ ਹੱਥ ਲਾਉਂ ਉਨਨੋਂ ਉਹਦੇ ਮੂਤੇ ਹੱਥ ਲਾਣ ਦੀ ਕੀ ਲੋੜ ਪਈ ਸੀ ਬੀਬੀ ਜਗੀਰ ਕੌਰ ਦੇ ਉਹਨਾਂ ਦੇ ਸਿਰ ਦੇ ਉੱਤੇ ਹੱਥ ਲੱਗਦੀ ਕਿ ਮੇਰਾ ਭਰਾ ਆ ਮੇਰਾ ਪੁੱਤਰ ਹੈ ਮੈਂ ਇਹਦੀ ਮਾਂ ਵਰਗੀ ਆ ਇਹੋ ਜਿਹਾ ਕੁਝ ਨਹੀਂ ਹੋਇਆ ਬਿਲਕੁਲ ਤੇ ਮੈਮ ਹੁਣ ਜਿਹੜੀ ਤੁਸੀਂ ਕਾਰਵਾਈ ਡੀਜੀਪੀ ਨੂੰ ਹੁਣ ਤੁਸੀਂ ਮੰਗੀ ਹੈ ਤੇ ਕੱਲ 2 ਵਜੇ ਤੱਕ ਕਿਸ ਤਰ੍ਹਾਂ ਦੀ ਕਾਰਵਾਈ ਹੁੰਦੀ ਹੈ ਕਾਰਵਾਈ ਦੀ ਜਿਹੜੀ ਹੈਗੀ ਕਰੀ ਕਰਕੇ ਦੇਣਗੇ ਸਾਨੂੰ ਇਨਕੁਆਰੀ ਕਰਕੇ ਦੇਣ ਕਿ ਉਸਤਾਵਾਦ ਅਸੀਂ ਚਰਨਜੀਤ ਚੰਨੀ ਜੀ ਨੂੰ ਕਮਿਸ਼ਨ 'ਚ ਅਸੀਂ ਸਵਨ ਭੇਜਾਂਗੇ ਉਹਨੂੰ ਆਉਣਾ ਪਏਗਾ ਜਵਾਬ ਦੇਣਾ ਪਏਗਾ ਕਿ ਕਿਉਂ ਐਸਾ ਜੀ ਹਰਕਤਾਂ ਕਰਦੇ ਨੇ